ਇਹ ਡਿਸਕ ਬਣਾਉਣ ਲਈ ਜ਼ਰੂਰਤ ਹੈ ਇੱਕ ਸੀਡੀ, ਬੰਟਾ, ਗੂੰਦ, ਗੱਤਾ ਤੇ ਰੰਗਦਾਰ ਪੈਨਾਂ ਦੀ। ਇੱਕ ਗੋਲਾਕਾਰ ਗੱਤਾ ਲਓ ਤੇ ਇਸ ਦੇ ਵਿਚਕਾਰ ਇੱਕ ਛੇਦ ਕਰੋ ਤੇ ਸਤਰੰਗੀ ਪੀਂਗ ਦੇ ਰੰਗ ਭਰੋ। ਇਹਨਾਂ ਰੰਗਾਂ ਨੂੰ ਮਿਸ਼ਰਿਤ ਕਰਕੇ ਫਿਰ ਚਿੱਟਾ ਰੰਗ ਬਣ ਜਾਏਗਾ। ਇੱਕ ਪੁਰਾਣੀ ਸੀਡੀ ਲਓ, ਇਸ ਦੇ ਉੱਪਰ ਰਬੜ ਚਿਪਕਾਊ ਚੀਜ਼ਾਂ ਲਗਾਓ। ਇੱਕ ਰੰਗੀਨ ਕਾਰਡ ਇਸ ਸੀਡੀ ਉੱਪਰ ਲਗਾਓ। ਸੀਡੀ ਦੇ ਗੋਲਾਕਾਰ ਛੇਦ ਤੇ ਗੂੰਦ ਲਗਾਓ। ਬੰਟੇ ਨੂੰ ਇਸ ਛੇਦ ਤੇ ਲਗਾਓ। ਹੋਰ ਗੂੰਦ ਲਗਾ ਕੇ ਇਸ ਨੂੰ ਸੁਕਾਓ। ਇਹ ਸੀਡੀ ਘੁੰਮਣ ਲਈ ਤਿਆਰ ਹੈ। ਬੰਟੇ ਨੂੰ ਪਕੜੋ ਤੇ ਸੀਡੀ ਨੂੰ ਘੁਮਾਓ। ਇਹ ਸਮਤਲ ਜਗ੍ਹਾ ਤੇ ਕਾਫੀ ਦੇਰ ਘੁੰਮਦੀ ਰਹੇਗੀ। ਸਤਰੰਗੀ ਪੀਂਗ ਰਲ ਜਾਵੇਗੀ ਤੇ ਤੁਹਾਨੂੰ ਨਜ਼ਰ ਆਵੇਗਾ ਚਿੱਟਾ ਰੰਗ। ਇਸ ਵਿੱਚ ਲਾਟੂ ਵਾਲੇ ਸਾਰੇ ਗੁਣ ਹਨ। ਨੀਵਾਂ ਗੁਰਤਵਾਕਰਸ਼ਣ ਕੇਂਦਰ ਅਤੇ ਜ਼ਿਆਦਾ ਹੈ ਮੂਮੈਂਟ ਆਫ ਇਨਰਸ਼ੀਆ।